मैं मनजीत कौर स्वागत करती हाँ तुहाडा सारिआं दा पंजाबी कुकिंग चैनल दे विच। मेरे वल्लों सारिआं नूं प्यार भरी सति श्री अकाल। अज्ज आपां पनीर भुर्जी बना के तैयार करांगे ते भुर्जी जिहड़ी आपां अमृतसर स्टाइल बनावांगे, जिद्दां दी अमृतसर दे विच रेहड़ियां दे उत्तों भुर्जी जिहड़ी है मिलदी है। इहदा जिहड़ा स्वाद आ एकदम अलग हुंदा ते बहुत ही वधिया इह बण के तैयार हुंदी है। इहदे वास्ते 200 ग्राम पनीर लिआ आ। पनीर दी देखो तुसीं कोई भी चीज़ बनांदे हो हमेशा इह चीज़ दा ध्यान रखणा, पनीर नूं कदे भी फ्रिज दे विच नहीं रखणा। जे फ्रिज दे विच पिआ तां तुसीं ਉਹਨੂੰ 1.5 ਘੰਟਾ ਘੱਟਣਾ 1.5 ਘੰਟਾ ਪਹਿਲਾਂ ਕੱਢ ਕੇ ਫ੍ਰਿਜ ਚੋਂ ਬਾਹਰ ਕੱਢ ਲਓ। ਤੇ ਪਨੀਰ ਜਿਹੜਾ ਆ ਇੱਕਦਮ ਆਪਾਂ ਨੂੰ ਨਰਮ ਚਾਹੀਦਾ ਆ। 2 ਪਿਆਜ਼ ਲਏ ਆ, ਪਿਆਜ਼ ਜਿਹੜੇ ਆ ਬਿਲਕੁਲ ਬਰੀਕ ਕੱਟਣੇ ਆ। ਟਮਾਟਰ ਜਿਹੜਾ ਥੋੜੇ ਜਿਹੇ ਮੋਟੇ ਟੁਕੜਿਆਂ ਦੇ ਵਿੱਚ ਕੱਟਾਂਗੇ। 2 ਮਿਰਚਾਂ ਜਿਹੜੀਆਂ ਅਸੀਂ ਸਾਫਤੀਆਂ ਪਾਣੀਆਂ ਆ ਤੇ ਬਾਕੀ ਅਦਰਕ ਲਸਣ ਤੇ 1 ਹਰੀ ਮਿਰਚ, ਇਹਨਾਂ ਨੂੰ ਅਸੀਂ ਪੀਸ ਕੇ ਤਿਆਰ ਕਰ ਲੈਣਾ ਆ। ਸਾਰੀਆਂ ਚੀਜ਼ਾਂ ਆਪਣੀਆਂ ਤਿਆਰ ਨੇ। ਪਿਆਜ਼ ਜਿਹੜਾ ਬਿਲਕੁਲ ਬਰੀਕ ਕੱਟ ਲਿਆ, ਲਸਣ ਅਦਰਕ ਤੇ ਹਰੀ ਮਿਰਚ ਨੂੰ ਮਿਕਸੀ ਚ ਪੀਸ ਲਿਆ, ਇਹਨੂੰ ਚੀਰਾ ਲਾਤਾ। ਟਮਾਟਰ ਦੇਖੋ ਜਿਹੜੀ ਇਸ ਤਰੀਕੇ ਦੇ ਨਾਲ ਥੋੜੇ ਮੋਟੇ ਮੋਟੇ ਕੱਟਣੇ ਆ, ਕਿਉਂਕਿ ਇਹਦੇ ਵਿੱਚ ਜਿਹੜੀ ਭੁਰਜੀ ਆ ਇਹਦੇ ਵਿੱਚ ਟਮਾਟਰ ਜਿਹੜੇ ਆ ਥੋੜੇ ਮੋਟੇ ਪੈਂਦੇ ਆ। ਪਨੀਰ ਜਿਹੜਾ ਆ ਪਨੀਰ ਨੂੰ ਦੇਖੋ ਕੱਦੂਕਸ ਨਹੀਂ ਕਰਨਾ, ਹੱਦ ਤੁਸੀਂ ਬਸ ਹੱਥ ਦੇ ਨਾਲ ਹੀ ਇਹਨੂੰ ਤੋੜਨਾ ਆ। ਵਿੱਚ ਥੋੜੇ ਥੋੜੇ ਇਹਦੇ ਪਨੀਰ ਦੇ ਟੁਕੜੇ ਰਹਿਣੇ ਚਾਹੀਦੇ ਆ, ਬਿਲਕੁਲ ਬਰੀਕ ਨਹੀਂ ਤੋੜ ਕੇ ਇਹਨੂੰ ਤੁਸੀਂ ਬਣਾਉਣਾ। ਪਨੀਰ ਦੇਖੋ ਜਿਹੜਾ ਆਪਾਂ ਇੱਦਾਂ ਟੁਕੜਿਆਂ ਦੇ ਵਿੱਚ ਇਹਨੂੰ ਤੋੜ ਲਿਆ, ਹੁਣ ਆਪਾਂ ਤੜਕਾ ਲਾ ਕੇ ਤਿਆਰ ਕਰਦੇ ਹਾਂ। ਹੁਣ ਲਵਾਂਗੇ ਅਸੀਂ ਫਰਾਈ ਪੈਨ। ਫਰਾਈ ਪੈਨ ਦੇ ਵਿੱਚ ਅਸੀਂ ਪਾਉਣਾ ਆ 2 ਵੱਡੇ ਚਮਚੇ ਦੇਸੀ ਘਿਓ ਦੇ। ਇਹ ਸਬਜ਼ੀ ਦਾ ਜਿਹੜਾ ਸਵਾਦ ਆ ਅਸਲੀ ਘਿਓ ਦੇ ਵਿੱਚ ਹੀ ਆਉਂਦਾ ਆ, ਬਾਕੀ ਤੁਸੀਂ ਚਾਹੋ ਤਾਂ ਰਿਫਾਈਂਡ ਜਿਹੜਾ ਆ ਉਹ ਵੀ ਪਾ ਸਕਦੇ ਹੋ। ਹੁਣ ਅਸੀਂ ਲਿਆ 1 ਟੁਕੜਾ ਦਾਲਚੀਨੀ ਦਾ, 1 ਮੋਟੀ ਇਲਾਇਚੀ, 3 ਲੌਂਗ, 3-4 ਕਾਲੀਆਂ ਮਿਰਚਾਂ ਤੇ 1 ਚਮਚਾ ਜੀਰੇ ਦਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਘਿਓ 'ਚ ਪਾ ਦੇਣੀਆਂ ਆ। ਇਹਨੂੰ ਅਸੀਂ ਥੋੜ੍ਹਾ ਜਿਹਾ ਭੁੰਨ ਲਾਂਗੇ ਤਾਂ ਕਿ ਇਹਨਾਂ ਦਾ ਜਿਹੜਾ ਮਸਾਲਿਆਂ ਦਾ ਸਵਾਦ ਆ ਉਹ ਘਿਓ ਦੇ ਵਿੱਚ ਆ ਜਾਵੇ। 2 ਚੁਟਕੀਆਂ ਅਸੀਂ ਪਾਵਾਂਗੇ ਇਹਦੇ ਵਿੱਚ ਹਿੰਗ ਦੀਆਂ। ਮਸਾਲੇ ਜਿਹੜੇ ਭੁੰਨੇ ਗਏ, ਕੱਟਿਆ ਹੋਇਆ ਪਿਆਜ਼ ਪਾ ਦੇਣਾ ਹੈ। ਪਿਆਜ਼ ਜਿਹੜਾ ਆ ਬਹੁਤ ਜ਼ਿਆਦਾ ਨਹੀਂ ਭੁੰਨਣਾ, ਸਿਰਫ ਅਸੀਂ ਇਹਨੂੰ ਗੁਲਾਬੀ ਰੰਗ ਦਾ ਕਰਨਾ ਆ। ਪਿਆਜ਼ ਦਾ ਇਹਦਾ ਰੰਗ ਨਹੀਂ ਬਦਲਣਾ ਚਾਹੀਦਾ, ਕਿਉਂਕਿ ਇਹ ਭੁਰਜੀ ਦੇ ਵਿੱਚ ਜਿਹੜਾ ਪਿਆਜ਼ ਆ ਬਹੁਤ ਜ਼ਿਆਦਾ ਆਪਾਂ ਲਾਲ ਕਰਕੇ ਪਾਈਏ ਤਾਂ ਭੁਰਜੀ ਦਾ ਸਵਾਦ ਜਿਹੜਾ ਵਧੀਆ ਨਹੀਂ ਆਉਂਦਾ। 2 ਕੁ ਮਿੰਟ ਬਾਅਦ ਭੁੰਨ ਲਾਂਗੇ ਇਹਨੂੰ ਮੀਡੀਅਮ ਸੇਕ ਦੇ ਉੱਤੇ। ਪਿਆਜ਼ ਜਿਹੜਾ ਸਾਡਾ ਭੁੰਨਿਆ ਗਿਆ, ਅਦਰਕ ਲਸਣ ਹਰੀ ਮਿਰਚ ਇਹ ਪਾ ਦੇਣੀ ਆ। ਟਮਾਟਰ ਤੇ ਹਰੀ ਮਿਰਚ ਟਮਾਟਰ ਨੂੰ ਦੇਖੋ ਬਹੁਤ ਜ਼ਿਆਦਾ ਨਹੀਂ ਪਕਾਉਣਾ, ਇਹਦੇ ਥੋੜ੍ਹੇ ਥੋੜ੍ਹੇ ਜਿੱਦਾਂ ਟੁਕੜੇ ਜਿਹੜੇ ਆ ਭੁਰਜੀ ਦੇ ਵਿੱਚ ਰਹਿਣੇ ਚਾਹੀਦੇ ਆ। ਇਹਨੂੰ ਫੇੜਾ ਵੀ ਨਹੀਂ ਬਹੁਤ ਜ਼ਿਆਦਾ, ਕੀ ਹੈ ਇੱਕਦਮ ਆਪਾਂ ਜਿੱਦਾਂ ਕਹਿੰਦੇ ਕਿ ਟਮਾਟਰ ਘੋਲ ਦੇਣਾ ਚਾਹੀਦਾ ਹੈ, ਟਮਾਟਰ ਨੂੰ ਪੂਰੀ ਤਰ੍ਹਾਂ ਨਹੀਂ ਘੋਲਣਾ। ਦੋ ਕੁ ਮਿੰਟ ਤੱਕ ਆਪਾਂ ਟਮਾਟਰ ਭੁੰਨਿਆ ਹੈ। ਹੁਣ ਅਸੀਂ ਇਹਦੇ ਵਿੱਚ ਪਾਉਣਾ ਹੈ 1.5 ਚਮਚਾ ਬੇਸਣ ਦਾ। ਬੇਸਣ ਵੀ ਫਿਰ ਜਿਹੜਾ ਨਾਲ ਹੀ ਭੁੰਨਿਆ ਜਾਊਗਾ। ਸੇਕ ਜਿਹੜਾ ਹੈ ਮੀਡੀਅਮ ਕਰ ਲੈਣਾ ਹੈ। ਬੇਸਣ ਜਿਹੜਾ ਹੈ ਮੀਡੀਅਮ ਸੇਕ ਦੇ ਉੱਤੇ 4-5 ਮਿੰਟ ਤੱਕ ਅਸੀਂ ਭੁੰਨ ਲਿਆ। ਹੁਣ ਅਸੀਂ ਜਿਹੜਾ ਸੇਕ ਆ ਘੱਟ ਕਰ ਦੇਣਾ ਹੈ ਅਤੇ ਘੱਟ ਸੇਕ ਦੇ ਉੱਤੇ ਇਹਦੇ ਵਿੱਚ ਜਿਹੜੇ ਆਪਾਂ ਬਾਕੀ ਦੇ ਮਸਾਲੇ ਆ ਉਹ ਪਾ ਲੈਣੇ ਆ। 1 ਚਮਚਾ ਭਰ ਕੇ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਪਾਊਡਰ ਦਾ, 1/2 ਚਮਚਾ ਪਾਇਆ ਆਪਾਂ ਹਲਦੀ ਦਾ,
आधा चमचा लाल मिर्च, कश्मीरी लाल मिर्च देखो जिहड़ी आ कौड़ी नहीं हुंदी, ते एक चमचा असीं भर के इहदे विच पाउणा आ धनिया पाउडर दा। एक चमचा पावांगे गरम मसाला, थोड़ी जी जिहड़ी आ काली मिर्च पाई है, काली मिर्च जिहड़ी आ ज़्यादा नहीं पाउणी, बिल्कुल आपां हल्की जी पाई है सिर्फ दो चुटकियां, ते लून जिहड़ा आ स्वाद दे हिसाब नाल पा लैणा आ। नाल ही हुण असीं इहदे पाउणा थोड़ा जिहा पानी, पानी पा के मसाला जिहड़ा आ असीं भुन लैणा आ, क्योंकि बेसन पाउण नाल की हुंदा कि कई वार थल्ले लगना शुरू हो जाता, ते जदों तुसीं बेसन पाउणा आ ते सेक जिहड़ा आ घट कर लैणा आ। हुण मसाले नूं असीं भुनणा है जिहड़ा मीडियम सेक दे उत्ते, जदों तक जिहड़ा घिओ आ मसाले तों अलग नहीं हुंदा उदों तक असीं मसाले नूं भुनणा है। घिओ देखो जिहड़ा छड्ड दित्ता मसाले ने। हुण असीं इहदे विच इक टमाटर लैणा, टमाटर जिहड़ा इहदा छोटे टुकड़िआं दे विच करके पा देणा है विच। टमाटर देखो भुन के थोड़ा जिहा, हुण असीं इहदे विच पाउणे दो चमचे क्रीम दे, क्रीम दी जगह ते तुसीं मलाई होवे तां मलाई भी पा सकदे हो, जे क्रीम पाउणी चाहो तां क्रीम भी पा सकदे हो। क्रीम देखो जिहड़ी साडी चंगी तरह मिल गई मसाले दे विच, इहदा थोड़ा जिहा उबाल आ जाणा चाहीदा है, नहीं तां फिर की हुंदा कि कई वारी क्रीम फटन दे डर रहिंदे। हुण आपां इहदे विच पाणी पाउणा आ, पाणी देखो जिहड़ा तुसीं अपनी जरूरत दे हिसाब नाल पा सकदे हो, मैं पौणा कु गलास जिहड़ा आ पाणी दे इहदे विच पाउणा आ। पाणी पा के हुण इहनूं असीं उपरों दी ढक दांगे ते ढक के इहनूं पका लैणा आ। पांच सत मिनट तक असीं इहनूं पका लिया। हुण आपां इहदे विच थोड़ा जिहा धनिया पा देना है, हरा धनिया पा के नाल ही आपां पनीर पा देना है। पनीर देखो जदों तुसीं पानी पाउंदे हो उस टाइम दे उत्ते कदी भी पनीर ना पाओ, पनीर नूं तुसीं पा के इहनूं बस दो कु मिनट वास्ते, दो तीन मिनट लई पकाओ, क्योंकि जे ज़्यादा आपां पनीर नूं पका लईए तां पनीर जिहड़ा आ एकदम जिदा सख्त हो जाता है, आपां नूं उस तरीके का पनीर नहीं चाहिए। हुण असीं सेक जिहड़ा आ तेज़ कर देना, ते तेज़ सेक दे उत्ते इहनूं ढक्कन रख के दो मिनट तक आपां पका लैणा है। दो तीन मिनट बाद देखो पनीर की भुर्जी जिहड़ी साडी बन के तैयार आ, गैस आपां बंद कर देनी है। इहनूं हुण असीं हले अद्धी हिलाणा नहीं, इहनूं ढक के रख दांगे ते दो तीन मिनट बाद आपां इहनूं सर्व करते हां। जदों इस तरीके दे नाल आपां इहनूं छड्ड दिंदे हां सब्जी नूं बनाउण तों बाद, फिर जिन्ना भी घिओ हुंदा आ घिओ जिहड़ा आ उपर आ जांदा ते सब्जी फिर जिहड़ी आ देखण दे विच बहुत वधिया लगदी आ। सब्जी जिहड़ी साडी तैयार आ बण के देखो, सब्जी का रंग देखो कितना वधिया आया, देखने दे विच कितनी ज़्यादा वधिया लगती। तो पनीर जिहड़ा आपां इहदे विच पाया सिर्फ दो मिनट वास्ते पकाउण करके, पनीर जिहड़ा एकदम नरम, जिदा कई वारी हुंदा कि आपां पनीर दी सब्जी बनाउंदे आ ते पनीर जिहड़ा सख्त जिहा हो जाता है, जे आपां नूं ज़्यादा पका लईए पनीर नूं फिर उह सख्त हुंदा है। इहनूं हुण आपां इक प्लेट 'च कढ लांगे। सर्व करन तो पहला तुसी जिहड़े साबते मसाले आ ओह कढ़ने चाहो तां कढ सकदे हो। अमृतसरी पनीर की भुर्जी साडी बन के तैयार आ, इहनूं ब्रैड दे नाल आपां सर्व कीता आ, तुसी चाहो तां रोटी जां परौंठे दे नाल बना के भी सर्व कर सकदे हो, बहुत ही ज़्यादा इहदा वधिया बन के तैयार होई आ। तुसी इहनूं इक वारी जरूर बना के देखियो, वीडियो पसंद आई वीडियो नूं लाइक ते शेयर जरूर करिया करो, चैनल ते जे पहली वारी आके वीडियो देखदे पए हो तां चैनल नूं सबसक्राइब जरूर करके जायो, घंटी दा बटन जरूर दबायो अगली वीडियो देखण दे लई। वीडियो देखण लई बहुत बहुत धन्यवाद।